ਪੰਜਾਬ ਸਰਕਾਰ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਸਲਾਹਕਾਰ ਡਾਕਟਰ ਕੇ ਕੇ ਤਲਵਾੜ, ਪ੍ਰਿੰਸੀਪਲ ਸਿਹਤ ਸਕੱਤਰ ਹੁਸਨ ਲਾਲ ਅਤੇ ਪ੍ਰਿੰਸੀਪਲ ਸਕੱਤਰ ਮੈਡੀਕਲ ਸਾਇੰਸ ਅਤੇ ਖੋਜ ਡੀ ਕੇ ਤਿਵਾੜੀ ਨੇ ਅੱਜ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦਾ ਦੌਰਾ ਕਰਕੇ ਕੋਵਿਡ ਦੇ ਇਲਾਜ ਲਈ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ। ਡਾਕਟਰ ਕੇ ਕੇ ਤਲਵਾੜ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ ਮਰੀਜ਼ਾਂ ਦੇ ਬਿਹਤਰੀਨ ਇਲਾਜ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲੋਕ ਮੁਹਾਲੀ ਦੇ ਹਸਪਤਾਲਾਂ ਵਿੱਚ ਕੋਰੋਨਾ ਦਾ ਇਲਾਜ ਕਰਾਉਣ ਨੂੰ ਤਰਜੀਹ ਦੇ ਰਹੇ ਨੇ। ਪੰਜਾਬ ਸਰਕਾਰ ਦੇ ਇਨ੍ਹਾਂ ਉੱਚ ਅਧਿਕਾਰੀਆਂ ਨੇ ਮੁਹਾਲੀ ਵਿੱਚ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੋਵਿਡ ਸਥਿਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪੰਜਾਬ ਵਿੱਚ ਕੋਰੋਨਾ ਦੀ ਸੰਭਾਵੀ ਦੂਜੀ ਲਹਿਰ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਅੱਜ ਦਾ ਇਹ ਜੋ ਡਿਸਕਸ਼ਨ ਥਾ ਕਿ ਪਰਪਸ ਇਹ ਇਸਕਾ ਥਾ ਕਿ ਜੋ ਪ੍ਰਾਈਵੇਟ ਹਸਪੀਟਲ ਹੈ ਦੇ ਆਰ ਡੂਇੰਗ ਸੱਚ ਅ ਗੁੱਡ ਜੌਬ, ਤੋ ਉਨ੍ਹਾਂ ਥੈਂਕਸ ਵੀ ਕੀਆ ਜਾਏ ਫਰੋਮ ਦੀ ਗਵਰਨਮੈਂਟ ਸਾਈਡ। प्लस कुछ ऐसी प्रैक्टिसेस हैं जो कि न्यू नॉलेज आई है, तो वो भी हम सबसे शेयर करना चाहते हैं ताकि थोड़ा सा जो कि पेशेंट आ रहे हैं इनके, तो उनको कैसे बेटर और किया जा सकता है ताकि हमारी जो ये मॉर्टेलिटी वगैरह कम हो।